ਪੰਜਾਬ ਵਿੱਚ ਜਦ ਵੀ ਕੋਈ ਮੁਸੀਬਤ ਆਈ ਤਾਂ ਸਰਕਾਰਾਂ ਨਾਲੋਂ ਸਮਾਜਿਕ ਸੰਸਥਾਵਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ। ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਹੜ੍ਹ ਪੀੜਤਾਂ ਲਈ ਸਮਾਜਿਕ ਸੰਸਥਾਵਾਂ ਵੱਧ ਚੜ੍ਹ ਕੇ ਹਿੱਸਾ ਪਾ ਰਹੀਆਂ ਹਨ, ਪਰ ਅਜੇ ਵੀ ਕਈ ਐਸੇ ਘਰ ਹਨ ਜਿਨ੍ਹਾਂ ਕੋਲ ਨਾ ਤਾਂ ਸਰਕਾਰਾਂ ਪਹੁੰਚੀਆਂ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ। ਸੋਸ਼ਲ ਮੀਡੀਆ ਰਾਹੀਂ ਉਹਨਾਂ ਪਿੰਡਾਂ ਦਾ ਦਰਦ ਦੇਖ ਕੇ ਉਹਨਾਂ ਨੂੰ ਰਾਹਤ ਸਮੱਗਰੀ ਭੇਜਣ ਲਈ ਗੁਰਦਾਸਪੁਰ ਦੀ ਸਮਾਜਿਕ ਸੰਸਥਾ ਵਾਹਿਗੁਰੂ ਬੋਲਕਾ ਦੇ ਨਾਲ ਡੋਲ ਦੇ ਵਲੰਟੀਅਰਾਂ ਨੇ ਆਸ ਪਾਸ ਦੇ ਕਰੀਬ 20 ਪਿੰਡਾਂ ਵਿੱਚ ਹੜ੍ਹ ਪੀੜਤਾਂ ਲਈ ਰਾਸ਼ਨ ਇਕੱਠਾ ਕਰਕੇ 1000 ਦੇ ਕਰੀਬ ਜ਼ਰੂਰੀ ਸਮਾਨ ਦੇ ਪੈਕਟ ਬਣਾ ਕੇ ਇੱਕ ਟਰੱਕ ਰਵਾਨਾ ਕੀਤਾ। ਅਸੀਂ ਇੱਕ ਗੁਰਦਾਸਪੁਰ ਤੋਂ ਪਿੰਡ ਬਰਿਆਰ ਦੇ ਕੋਲ, ਆਪਾਂ ਇੱਕ ਐਨ ਜੀ ਓ ਹੈ ਸਾਡੀ ਵਾਹਿਗੁਰੂ ਬੋਲ ਕਦੇ ਨਾ ਡੋਲ, ਉਸਦੇ ਨਾਲ ਅਸੀਂ ਇੱਕ ਆਪਦਾ ਜੋ ਪੰਜਾਬ ਦੇ ਵਿੱਚ ਹੜ੍ਹ ਆ ਰੱਖਿਆ, ਹੜ੍ਹ ਦੇ ਨਾਲ ਪੀੜਤ ਹੋ ਰਹੀ ਫੈਮਿਲੀਜ਼ ਹੈ, ਅਸੀਂ ਉਹਨਾਂ ਨੂੰ ਆਪਣੀ ਐਨ ਜੀ ਓ ਦੇ ਜੋ ਸਾਨੂੰ ਫੇਸਬੁੱਕ ਦੇ ਰਾਹੀਂ ਪਤਾ ਲੱਗ ਰਿਹਾ, ਅਤੇ ਉਹਨਾਂ ਨੂੰ ਆਪਣੀ ਐਨ ਜੀ ਓ ਦੇ ਰਾਹੀਂ ਕੁਛ ਅਸੀਂ 1000 ਕੁ ਦੇ ਕਰੀਬ ਕਰੀਬ ਅਸੀਂ ਰਾਸ਼ਨ ਪਾਣੀ ਉਹਨਾਂ ਦਾ ਹੜ੍ਹ ਵਾਸਤੇ ਤਿਆਰ ਕਰਿਆ, ਪੈਕਿੰਗ ਕਰਿਆ, ਅਤੇ ਉਸਦੇ ਨਾਲ ਸਾਡੇ ਨਾਲ ਕੋਈ ਵਲੰਟੀਅਰਸ ਆ, 18 ਤੋਂ 20 ਕੁ ਬੱਚੇ ਵਲੰਟੀਅਰਸ ਆ ਜਿਹੜੇ ਅੱਜ ਤੇ ਸਾਡੇ ਨਾਲ ਮਿਹਨਤ ਦੇ ਨਾਲ ਸਾਡੇ ਨਾਲ ਚੱਲ ਕੇ ਉਹਨਾਂ ਦੇ ਰਾਸ਼ਨ ਦੀ ਉਹਨਾਂ ਦੀ ਸੇਵਾ ਕਰਨ ਵਾਸਤੇ ਉੱਥੇ ਤੱਕ ਪਹੁੰਚ ਰਹੇ ਹਾਂ। ਅਸੀਂ ਫੇਸਬੁੱਕ ਦੇ ਰਾਹੀਂ, ਔਨਲਾਈਨ ਦੇ ਰਾਹੀਂ ਅਤੇ ਮੀਡੀਆ ਦੇ ਥਰੂ ਅਸੀਂ ਪਤਾ ਦੇਖਿਆ ਕਿ ਉੱਥੇ ਬਹੁਤ ਜ਼ਿਆਦਾ ਹਾਲ ਮਾੜਾ ਹੋ ਚੁੱਕਿਆ, ਜਿਵੇਂ ਕਿ ਉਹਨਾਂ ਦੇ ਘਰ ਤਬਾਹ ਹੋ ਚੁੱਕਿਆ। ਅਪਰੋਕਸੀਮੇਟ 150 ਤੋਂ ਪਲੱਸ ਜਿਹੜੇ ਪਿੰਡ ਨੇ, ਵਿਲੇਜਸ ਨੇ, ਉੱਥੇ ਬਿਲਕੁਲ ਟੋਟਲੀ ਡੈਮੇਜ ਨੇ, 80% ਡੈਮੇਜ ਨੇ। ਉਹਨਾਂ ਨੂੰ ਨਾ ਉਹਨਾਂ ਨੂੰ ਕੋਈ ਖਾਣ ਪੀਣ ਦੀ ਸੁਵਿਧਾ ਉੱਤੇ, ਨਾ ਕੋਈ ਰਾਸ਼ਨ ਪਾਣੀ ਦੀ। ਉਹਦੇ ਨਾਲ ਅਸੀਂ ਰਾਸ਼ਨ ਪਾਣੀ ਸਟਾਰਟ ਕਰਿਆ ਅਤੇ ਉਹਨਾਂ ਦਾ ਪੈਕ ਕਰਿਆ, ਜਿਹਦੇ ਵਿੱਚ ਅਸੀਂ ਆਟਾ, ਦਾਲ, ਚਾਵਲ, ਈਵਨ ਕਿ ਸਾਰਾ ਜੋ ਡੇਲੀ ਯੂਜ਼ ਦੇ ਵਿੱਚ ਜੋ ਚੀਜ਼ਾਂ ਆਪਣੀ ਮੈਡੀਸਿਨਸ ਤੋਂ ਲੈ ਕੇ ਰਾਸ਼ਨ ਦੇ ਨਾਲ ਸਾਰਾ ਡਿਟੇਲ ਉਹਦੇ 'ਚ ਆਪਾਂ ਪੈਕ ਕਰਕੇ ਉਹਨਾਂ ਨੂੰ ਪਹੁੰਚਾਉਣ ਜਾ ਰਹੇ ਹਾਂ। ਅਸੀਂ ਗੁਰਦਾਸਪੁਰ ਤੋਂ ਚੱਲ ਰਹੇ ਹਾਂ, ਨੌਜਵਾਨ ਦੇ ਸਾਡੇ ਨਾਲ ਨੇ, ਜੋ ਕਿ ਬਿਲਕੁਲ ਇਸ ਤੋਂ ਇਹ ਵੀ ਹੁੰਦਾ ਕਿ ਚਲੋ ਨੌਜਵਾਨ ਨਾਲ ਹੋਣ ਤਾਂ ਉਹ ਇੱਕ ਨਸ਼ਿਆਂ ਤੋਂ ਦੂਰ ਰਹਿਣ, ਨਸ਼ਿਆਂ ਤੋਂ ਦੂਰ ਰਹਿੰਦੇ ਆ, ਅਤੇ ਉਹਦੇ ਨਾਲ ਚਲੋ ਫਿਊਚਰ ਵੀ ਉਹਨਾਂ ਦਾ ਬ੍ਰਾਈਟ ਰਹਿੰਦਾ, ਅਤੇ ਉਸਦੇ ਕਾਫੀ ਮਤਲਬ ਵੀ ਬੈਨੀਫਿਟਸ ਨੌਜਵਾਨ ਯੂਥ ਵਾਸਤੇ ਆ ਜੀ। ਵਾਹਿਗੁਰੂ ਬੋਲ ਕਦੇ ਨਾ ਡੋਲ ਸੰਸਥਾ, ਉਹਦੇ ਜਿਹੜੇ ਸੰਸਥਾਪਕ ਨੇ ਸਿੱਧੂ ਨੇ, ਬਿਕਰਮਜੀਤ ਸਿੰਘ ਸਿੱਧੂ, ਉਹਨਾਂ ਦੇ ਦੁਆਰਾ ਸੰਸਥਾ ਚਲਾਈ ਜਾ ਰਹੀ ਆ। ਔਰ ਇੱਥੇ ਹੜ੍ਹ ਪੀੜਤਾਂ ਵਾਸਤੇ ਤਕਰੀਬਨ ਲਾਗੇ ਦੇ ਏਰੀਏ 20 ਪਿੰਡਾਂ ਵਿੱਚੋਂ ਰਿਲੀਫ ਮਟੀਰੀਅਲ ਇਕੱਠਾ ਕਰਕੇ ਅਤੇ ਹੜ੍ਹ ਪੀੜਤ ਦਾ ਇਲਾਕੇ ਨੇ ਉਹਨਾਂ ਵਿੱਚ ਡਿਸਟ੍ਰੀਬਿਊਟ ਕੀਤਾ ਜਾ ਰਿਹਾ। ਲਗਭਗ 1000 ਪੈਕਟ ਜੋ ਖਾਣ ਦੀਆਂ ਵਸਤਾਂ ਨੇ, ਰਾਸ਼ਨ ਆ, ਪਾਣੀ ਆ, ਹੋਰ ਦਵਾਈਆਂ ਵਗੈਰਾ ਸਭ ਕੁਛ ਹੈਗਾ। ਇਹਦੇ ਵਿੱਚ ਅਲੱਗ ਅਲੱਗ ਪਿੰਡਾਂ ਦੇ ਸਾਡੇ ਵਲੰਟਰੀ ਮੁੜੇ ਆ ਘੱਟੋ ਘੱਟ 10 ਦਿਨ ਤੋਂ ਕੰਮ ਕਰ ਰਹੇ ਨੇ, ਔਰ ਜਿੰਨੀ ਪੈਕਿੰਗ ਫਸਟ ਕਲਾਸ ਰਾਤ ਦਿਨ ਇਹਨਾਂ ਨੇ ਕੰਮ ਕਰਕੇ ਇੱਕ A1 ਪੈਕਿੰਗ ਬਣਾ ਕੇ, ਅਤੇ ਉਹ ਸਵੇਰੇ ਅੱਜ ਆਪਾਂ ਟਰੱਕ ਨੂੰ ਤੋਰ ਰਹੇ ਹਾਂ ਇੱਥੋਂ, ਅਤੇ ਕੱਲ੍ਹ ਉਹ ਸਾਰਾ ਡਿਸਟ੍ਰੀਬਿਊਟ ਉਹਨਾਂ ਇਲਾਕਿਆਂ 'ਚ ਕੀਤਾ ਜਾਏਗਾ। ਜਿਸ ਤਰ੍ਹਾਂ ਹੁਣ ਅੱਜ ਹੜ੍ਹ ਪੀੜਤ ਦਾ ਚੱਲ ਰਿਹਾ, ਜਿਸ ਤਰ੍ਹਾਂ ਹੜ੍ਹ ਆਇਆ ਪੰਜਾਬ ਦੇ ਵਿੱਚ ਕੁਛ ਏਰੀਏ ਦੇ ਵਿੱਚ, ਉਹਦੇ ਵਾਸਤੇ ਅਸੀਂ ਉਸ ਬੇਟੇ ਨੂੰ ਹੱਲਾਸ਼ਾਹੀ ਦੇਣ ਦੇ ਨਾਲ ਔਰ ਉਹਦਾ ਸਾਥ ਦੇ ਰਹੇ ਹਾਂ। ਹਰ ਪਿੰਡਾਂ ਦੇ ਵਿੱਚ ਅਸੀਂ ਗਏ ਹਾਂ, ਪਿੰਡਾਂ 'ਚੋਂ ਜਾ ਕੇ ਅਸੀਂ ਰਾਸ਼ਨ ਇਕੱਠਾ ਕਰਕੇ ਲਿਆ ਕੇ ਉਹਦੀ ਸਾਰੀ ਪੈਕਿੰਗ ਕੀਤੀ ਹੈ। ਹਰ ਆਈਟਮ ਜ਼ਰੂਰਤਮੰਦ ਜਿਹੜੀ ਜ਼ਰੂਰਤ ਹੈ ਘਰ ਦੇ ਵਿੱਚ ਖਾਣੇ ਵਾਸਤੇ, ਉਹ ਹਰ ਆਈਟਮ ਅਸੀਂ ਨਾਲ ਪੈਕ ਕੀਤੀ ਹੈ। ਮੱਛਰਦਾਨੀਆਂ ਤੱਕ, ਮੱਛਰ ਵਾਸਤੇ ਆਪਣੇ ਤੁਹਾਡੇ ਆਉਂਦੇ ਨੇ ਕਛੂਆ ਛਾਪ, ਓਡੋਮਾਸ ਪੇਸਟ, ਬ੍ਰੱਸ਼, ਈਵਨ ਕਿ ਹਰ ਆਈਟਮ ਅਸੀਂ ਪੈਕ ਕਰਕੇ ਵੱਖੋ ਵੱਖ ਉਹ ਅਸੀਂ ਅੱਜ ਇੱਥੋਂ ਹੁਣ ਗੱਡੀ ਰਵਾਨਾ ਕਰ ਰਹੇ ਹਾਂ। ਮੈਡੀਸਨ ਵਿਦ ਮੈਡੀਸਨ ਵੀ ਨਾਲ ਹੈ, ਇਹ ਸਾਡੇ ਡਾਕਟਰ ਸਾਹਿਬ ਨੇ ਤਿੱਬੜ ਤੋਂ। ਹਾਂਜੀ, ਸਰਦਾਰ ਦਰਸ਼ਨ ਸਿੰਘ ਜੀ, ਅਸੀਂ ਆਪਣੇ ਮਖੂ ਤੋਂ ਅੱਗੇ ਜਾ ਰਹੇ ਹਾਂ ਜੀ, ਆਪਣਾ ਫਤਿਹਗੜ੍ਹ ਹੈ। ਹਾਂਜੀ, ਉਸ ਪਿੰਡ 'ਚ ਜਾਣਾ, ਉੱਥੇ ਪਿੰਡ ਕਸਬਾ ਇੱਕ ਬਹੁਤ ਜ਼ਿਆਦਾ, ਉਹਦੇ ਏਰੀਏ ਦੇ ਨਾਲ ਲੱਗਦਾ ਦਰਿਆ, ਉਹ ਦਰਿਆ ਤੋਂ ਪਾਰਲੀ ਸਾਈਡ 'ਤੇ ਅਜੇ ਤੱਕ ਉਹਨਾਂ ਨੂੰ ਸਾਨੂੰ ਮੈਸੇਜ ਮਿਲਿਆ ਵੀ ਕੋਈ ਰਾਸ਼ਨ ਨਹੀਂ ਪਹੁੰਚਿਆ। ਇਹ ਅਸੀਂ ਗੱਡੀ ਜਿਹੜੀ ਹੈ ਹੁਣ ਤੋਰ ਕੇ ਰਾਤੋਂ ਰਾਤ ਅਸੀਂ ਉੱਥੇ ਪਹੁੰਚਾਂਗੇ। ਸਵੇਰੇ ਅਸੀਂ ਅਰਲੀ ਮੋਰਨਿੰਗ ਜਾ ਕੇ ਉਹਨਾਂ ਦਾ ਜਿਹੜੇ ਪੀੜਤ ਨੇ, ਹੜ੍ਹ ਪੀੜਤ ਨੇ, ਉਹਨਾਂ ਨੂੰ ਰਾਸ਼ਨ ਜਿਹੜਾ ਘਰੋਂ ਕਰ ਦਿਆਂਗੇ।